ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਵੇਖੋ ਕਿਵੇਂ ਸਰੇ ਬਾਜ਼ਾਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਿੱਥੇ ਦੋ ਧਿਰ ਸੜਕ ਤੇ ਆਪਸ ਦੇ ਵਿੱਚ ਭਿੜੇ ਨੇ ਤੇ ਇੱਕ ਸ਼ਖਸ ਦੀ ਸਰੇਆਮ ਹਥਿਆਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਵੇਖ ਸਕਦੇ ਹੋ ਕਿ ਪਹਿਲਾਂ ਸਕੂਟੀ ਸਵਾਰ ਅਤੇ ਗੱਡੀ ਦੀ ਸੜਕ ਦੇ ਮੋੜ ਦੇ ਉੱਤੇ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਗੱਡੀ ਵਾਲਾ ਸਕੂਟੀ ਵਾਲਿਆਂ ਤੇ ਗੱਡੀ ਚੜਾ ਰਿਹਾ ਹੁੰਦਾ ਹੈ। ਤਾਂ ਇਹਨੇ ਨੂੰ ਸਕੂਟੀ ਸਵਾਰ ਸ਼ਖਸ ਦੇ ਵੱਲੋਂ ਗੱਡੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਗੱਡੀ ਚਾਲਕ ਹਮਲਾ ਕਰਨ ਵਾਲੇ ਇਸ ਨੌਜਵਾਨ ਦੇ ਪਿੱਛੇ ਗੱਡੀ ਲਗਾ ਲੈਂਦਾ। ਤਾਂ ਜਾਨ ਬਚਾਉਂਦਾ ਹੋਇਆ ਇਹ ਨੌਜਵਾਨ ਗਲੀ ਦੇ ਵਿੱਚ ਵੜ ਜਾਂਦਾ। ਤਾਂ ਗਲੀ ਦੇ ਵਿੱਚ ਗੱਡੀ ਚਾਲਕ ਦੇ ਵੱਲੋਂ ਇਸ ਨੌਜਵਾਨ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ। ਤਾਂ ਜ਼ਖਮੀ ਹੋਣ ਤੋਂ ਬਾਅਦ ਵੀ ਇਹ ਨੌਜਵਾਨ ਉੱਠਦਾ ਹੈ ਤੇ ਫਿਰ ਪੁੱਠਾ ਭੱਜਦਾ। ਤਾਂ ਗੱਡੀ ਚਾਲਕ ਦੇ ਵੱਲੋਂ ਗੱਡੀ ਰਿਵਰਸ ਗੇਅਰ ਦੇ ਵਿੱਚ ਪਾ ਕੇ ਫਿਰ ਤੋਂ ਭਜਾ ਲਈ ਜਾਂਦੀ ਹੈ। ਤਾਂ ਭੱਜਦਾ ਭੱਜਦਾ ਇਹ ਨੌਜਵਾਨ ਇੱਕ ਵਾਰ ਡਿੱਗ ਵੀ ਪੈਂਦਾ। ਤਾਂ ਬਿਲਕੁਲ ਸੜਕ ਦੇ ਮੋੜ ਤੇ ਆ ਕੇ ਇਸ ਦੀ ਜਾਨ ਵਾਲ ਵਾਲ ਬਚਦੀ ਹੈ, ਜਿੱਥੇ ਗੱਡੀ ਇਸ ਦੇ ਕੋਲ ਦੀ ਲੰਘ ਜਾਂਦੀ ਹੈ, ਜਿਸ ਤੋਂ ਬਾਅਦ ਇਹ ਨੌਜਵਾਨ ਇੱਕ ਘਰ ਦੇ ਵਿੱਚ ਵੜ ਜਾਂਦਾ। ਤਾਂ ਗੱਡੀ ਦੇ ਵਿੱਚੋਂ ਉਤਰ ਕੇ ਇਹਨਾਂ ਹਮਲਾਵਰਾਂ ਦੇ ਵੱਲੋਂ ਪਹਿਲਾਂ ਤਾਂ ਇਸ ਨੂੰ ਘਰ ਤੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਬੁਰੀ ਤਰੀਕੇ ਦੇ ਨਾਲ ਤਲਵਾਰਾਂ ਦੇ ਨਾਲ ਵੱਢ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਮੁਤਾਬਕ ਸਕੂਟੀ ਸਵਾਰਾਂ ਦੇ ਵੱਲੋਂ ਪਹਿਲਾਂ ਇੱਕ ਦੁਕਾਨ ਤੇ ਜਾ ਕੇ ਭੰਨ ਤੋੜ ਕੀਤੀ ਗਈ ਸੀ, ਜਿਸ ਤੋਂ ਬਾਅਦ ਦੁਕਾਨ ਵਾਲਿਆਂ ਵੱਲੋਂ ਗੱਡੀ ਦੇ ਵਿੱਚ ਆ ਕੇ ਇਹਨਾਂ ਸਕੂਟੀ ਸਵਾਰਾਂ ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਪੂਰਾ ਮਾਮਲਾ ਜਿਵੇਂ ਹੀ ਪੁਲਿਸ ਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਾਰੀ ਕੀਤੀਆਂ ਨੇ, ਜਿਸ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ। ਤਾਂ ਦੋ ਧਿਰਾਂ ਦੇ ਵਿੱਚ ਝੜਪ ਹੋਈ ਹੈ, ਜਿੱਥੇ ਪਹਿਲਾਂ ਸਕੂਟੀ ਸਵਾਰਾਂ ਦੇ ਵੱਲੋਂ ਦੁਕਾਨ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ 'ਚ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਸਕੂਟੀ ਸਵਾਰਾਂ 'ਤੇ ਜਾਨਲੇਵਾ ਹਮਲਾ ਕੀਤਾ ਜਾਂਦਾ। ਤਾਂ ਗੱਡੀ ਹੀ ਇਸ ਨੌਜਵਾਨ ਦੇ ਉੱਤੇ ਚੜਾ ਦਿੱਤੀ ਜਾਂਦੀ ਹੈ। ਵੇਖ ਸਕਦੇ ਹੋ ਬੁਰੀ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵਿੱਚ ਪਹਿਲਾਂ ਗੱਡੀ ਮਾਰੀ ਗਈ। ਤਾਂ ਜਿਵੇਂ ਹੀ ਨੌਜਵਾਨ ਲੜਖੜਾਉਂਦਾ ਹੋਇਆ ਉੱਠਦਾ ਹੈ ਤਾਂ ਰਿਵਰਸ ਗੇਅਰ ਦੇ ਵਿੱਚ ਗੱਡੀ ਫਿਰ ਤੋਂ ਪਾ ਕੇ ਇਸ ਦੇ ਪਿੱਛੇ ਲਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਜਾਨ ਬਚਾਉਂਦਾ ਸ਼ਖਸ ਇੱਕ ਘਰ ਦੇ ਵਿੱਚ ਵੜ ਗਿਆ। ਤਾਂ ਘਰ ਦੇ ਵਿੱਚੋਂ ਵੀ ਕੱਢ ਕੇ ਤਲਵਾਰਾਂ ਦੇ ਨਾਲ ਇਸ ਨੌਜਵਾਨ ਨੂੰ ਵੱਢਿਆ ਜਾਂਦਾ। ਤਾਂ ਲੋਕ ਵੇਖ ਰਹੇ ਸੀ, ਕਿਸੇ ਦੇ ਵੱਲੋਂ ਵੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤਾਂ ਹਮਲਾ ਕਰਨ ਤੋਂ ਬਾਅਦ ਇਹ ਗੱਡੀ ਸਵਾਰ ਉੱਥੋਂ ਫਰਾਰ ਹੋ ਜਾਂਦੇ ਆ। ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਹੁਣ ਇਹਨਾਂ ਨੌਜਵਾਨ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਵੇਖੋ ਕਿਵੇਂ ਸਰੇ ਬਾਜ਼ਾਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਿੱਥੇ ਦੋ ਧਿਰ ਸੜਕ ਤੇ ਆਪਸ ਦੇ ਵਿੱਚ ਭਿੜੇ ਨੇ ਤੇ ਇੱਕ ਸ਼ਖਸ ਦੀ ਸਰੇਆਮ ਹਥਿਆਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਵੇਖ ਸਕਦੇ ਹੋ ਕਿ ਪਹਿਲਾਂ ਸਕੂਟੀ ਸਵਾਰ ਅਤੇ ਗੱਡੀ ਦੀ ਸੜਕ ਦੇ ਮੋੜ ਦੇ ਉੱਤੇ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਗੱਡੀ ਵਾਲਾ ਸਕੂਟੀ ਵਾਲਿਆਂ ਤੇ ਗੱਡੀ ਚੜਾ ਰਿਹਾ ਹੁੰਦਾ ਹੈ। ਤਾਂ ਇਹਨੇ ਨੂੰ ਸਕੂਟੀ ਸਵਾਰ ਸ਼ਖਸ ਦੇ ਵੱਲੋਂ ਗੱਡੀ ਤੇ ਹਮਲਾ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਗੱਡੀ ਚਾਲਕ ਹਮਲਾ ਕਰਨ ਵਾਲੇ ਇਸ ਨੌਜਵਾਨ ਦੇ ਪਿੱਛੇ ਗੱਡੀ ਲਗਾ ਲੈਂਦਾ। ਤਾਂ ਜਾਨ ਬਚਾਉਂਦਾ ਹੋਇਆ ਇਹ ਨੌਜਵਾਨ ਗਲੀ ਦੇ ਵਿੱਚ ਵੜ ਜਾਂਦਾ। ਤਾਂ ਗਲੀ ਦੇ ਵਿੱਚ ਗੱਡੀ ਚਾਲਕ ਦੇ ਵੱਲੋਂ ਇਸ ਨੌਜਵਾਨ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ। ਤਾਂ ਜ਼ਖਮੀ ਹੋਣ ਤੋਂ ਬਾਅਦ ਵੀ ਇਹ ਨੌਜਵਾਨ ਉੱਠਦਾ ਤੇ ਫਿਰ ਪੁੱਠਾ ਭੱਜਦਾ। ਤਾਂ ਗੱਡੀ ਚਾਲਕ ਦੇ ਵੱਲੋਂ ਗੱਡੀ ਰਿਵਰਸ ਗੇਅਰ ਦੇ ਵਿੱਚ ਪਾ ਕੇ ਫਿਰ ਤੋਂ ਭਜਾ ਲਈ ਜਾਂਦੀ ਹੈ। ਤਾਂ ਭੱਜਦਾ ਭੱਜਦਾ ਇਹ ਨੌਜਵਾਨ ਇੱਕ ਵਾਰ ਡਿੱਗ ਵੀ ਪੈਂਦਾ। ਤਾਂ ਬਿਲਕੁਲ ਸੜਕ ਦੇ ਮੋੜ ਤੇ ਆ ਕੇ ਇਸ ਦੀ ਜਾਨ ਵਾਲ ਵਾਲ ਬਚਦੀ ਹੈ, ਜਿੱਥੇ ਗੱਡੀ ਇਸ ਦੇ ਕੋਲ ਦੀ ਲੰਘ ਜਾਂਦੀ ਹੈ, ਜਿਸ ਤੋਂ ਬਾਅਦ ਇਹ ਨੌਜਵਾਨ ਇੱਕ ਘਰ ਦੇ ਵਿੱਚ ਵੜ ਜਾਂਦਾ। ਤਾਂ ਗੱਡੀ ਦੇ ਵਿੱਚੋਂ ਉਤਰ ਕੇ ਇਹਨਾਂ ਹਮਲਾਵਰਾਂ ਦੇ ਵੱਲੋਂ ਪਹਿਲਾਂ ਤਾਂ ਇਸ ਨੂੰ ਘਰ ਤੋਂ ਬਾਹਰ ਕੱਢਿਆ ਜਾਂਦਾ ਤੇ ਫਿਰ ਬੁਰੀ ਤਰੀਕੇ ਦੇ ਨਾਲ ਤਲਵਾਰਾਂ ਦੇ ਨਾਲ ਵੱਢ ਦਿੱਤਾ ਜਾਂਦਾ।
ਦੱਸਦੇ ਕਿ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਮੁਤਾਬਕ ਸਕੂਟੀ ਸਵਾਰਾਂ ਦੇ ਵੱਲੋਂ ਪਹਿਲਾਂ ਇੱਕ ਦੁਕਾਨ ਤੇ ਜਾ ਕੇ ਭੰਨ ਤੋੜ ਕੀਤੀ ਗਈ ਸੀ, ਜਿਸ ਤੋਂ ਬਾਅਦ ਦੁਕਾਨ ਵਾਲਿਆਂ ਵੱਲੋਂ ਗੱਡੀ ਦੇ ਵਿੱਚ ਆ ਕੇ ਇਹਨਾਂ ਸਕੂਟੀ ਸਵਾਰਾਂ ਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਪੂਰਾ ਮਾਮਲਾ ਜਿਵੇਂ ਹੀ ਪੁਲਿਸ ਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਾਰੀ ਕੀਤੀਆਂ ਨੇ, ਜਿਸ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ। ਤਾਂ ਦੋ ਤਰ੍ਹਾਂ ਦੇ ਵਿੱਚ ਝੜਪ ਹੋਈ ਹੈ, ਜਿੱਥੇ ਪਹਿਲਾਂ ਸਕੂਟੀ ਸਵਾਰਾਂ ਦੇ ਵੱਲੋਂ ਦੁਕਾਨ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ 'ਚ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਅਤੇ ਇਹਨਾਂ ਦੇ ਵੱਲੋਂ ਸਕੂਟੀ ਸਵਾਰਾਂ 'ਤੇ ਜਾਨਲੇਵਾ ਹਮਲਾ ਕੀਤਾ ਜਾਂਦਾ। ਤਾਂ ਗੱਡੀ ਹੀ ਇਸ ਨੌਜਵਾਨ ਦੇ ਉੱਤੇ ਚੜ੍ਹਾ ਦਿੱਤੀ ਜਾਂਦੀ ਹੈ। ਵੇਖ ਸਕਦੇ ਹੋ ਬੁਰੀ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵਿੱਚ ਪਹਿਲਾਂ ਗੱਡੀ ਮਾਰੀ ਗਈ, ਤਾਂ ਜਿਵੇਂ ਹੀ ਨੌਜਵਾਨ ਲੜਖੜਾਉਂਦਾ ਹੋਇਆ ਉੱਠਦਾ ਹੈ ਤਾਂ ਰਿਵਰਸ ਗੇਅਰ ਦੇ ਵਿੱਚ ਗੱਡੀ ਫਿਰ ਤੋਂ ਪਾ ਕੇ ਇਸ ਦੇ ਪਿੱਛੇ ਲਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਜਾਨ ਬਚਾਉਂਦਾ ਸ਼ਖਸ ਇੱਕ ਘਰ ਦੇ ਵਿੱਚ ਵੜ ਗਿਆ ਤਾਂ ਘਰ ਦੇ ਵਿੱਚੋਂ ਵੀ ਕੱਢ ਕੇ ਤਲਵਾਰਾਂ ਦੇ ਨਾਲ ਇਸ ਨੌਜਵਾਨ ਨੂੰ ਵੱਢਿਆ ਜਾਂਦਾ। ਤਾਂ ਲੋਕ ਵੇਖ ਰਹੇ ਸੀ, ਕਿਸੇ ਦੇ ਵੱਲੋਂ ਵੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤਾਂ ਹਮਲਾ ਕਰਨ ਤੋਂ ਬਾਅਦ ਇਹ ਗੱਡੀ ਸਵਾਰ ਉੱਥੋਂ ਫਰਾਰ ਹੋ ਜਾਂਦੇ ਆ। ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਹੁਣ ਇਹਨਾਂ ਨੌਜਵਾਨ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕੱਲ ਰਾਤ ਸਿਟੀ ਬੰਗਾ ਦੇ ਵਿੱਚ ਇੱਕ ਦੋ ਗਰੁੱਪ ਸੀਗੇ। ਪਹਿਲੋਂ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਬਾਹਰ ਜਾ ਕੇ ਦੁਕਾਨ ਦੇ ਉਹਨਾਂ ਦੀ ਜਿਹੜੇ ਬਾਹਰ ਮੋਟਰਸਾਈਕਲ ਖੜ੍ਹੇ ਸੀ ਉਹਦੀ ਭੰਨ ਤੋੜ ਕੀਤੀ ਅਤੇ ਜਿਹੜਾ ਇੱਕ ਬੰਦਾ ਦੁਕਾਨ ਦੇ ਅੰਦਰ ਸੀ ਉਹਨੇ ਅੰਦਰੋਂ ਦੁਕਾਨ ਦਾ ਸ਼ਟਰ ਲਗਾ ਲਿਆ ਅਤੇ ਲੇਕਿਨ ਮੋਟਰਸਾਈਕਲ ਦੀ ਭੰਨ ਤੋੜ ਉੱਥੇ ਹੋਈ, ਥੋੜ੍ਹਾ ਝਗੜਾ ਵੀ ਹੋਇਆ। ਉਸ ਤੋਂ ਬਾਅਦ ਉਹ ਬੰਦੇ ਜਿਹੜੇ ਜਦੋਂ ਦੁਕਾਨ ਵਾਲਿਆਂ ਨੂੰ ਪਤਾ ਲੱਗਿਆ ਉਹ ਗਰੁੱਪ ਫਿਰ ਆਪਣੇ ਬੰਦੇ ਇਕੱਠੇ ਕਰਕੇ ਥੋੜ੍ਹੇ ਜਿਹੇ ਉਹਨਾਂ ਨੇ ਰੇਲਵੇ ਰੋਡ ਦੇ ਉੱਪਰ ਹੀ ਦੂਸਰੇ ਗਰੁੱਪ ਦੇ ਵਿੱਚ ਇੱਕ ਗੱਡੀ ਮਾਰੀ, ਦੂਸਰੇ ਗਰੁੱਪ ਦੇ ਇੱਕ ਮੁੰਡੇ 'ਚ ਗੱਡੀ ਮਾਰੀ ਫਿਰ ਉਹ ਉੱਥੇ ਸਿੱਟ ਲਿਆ, ਗੱਡੀ 'ਚ ਡਿੱਗ ਪਿਆ ਲੇਕਿਨ ਬਚ ਗਿਆ ਮੁੰਡਾ ਬਿਲਕੁਲ। ਇਸ ਸੰਬੰਧ ਦੇ ਵਿੱਚ ਅਸੀਂ ਰਾਤੀ ਸ਼ਾਮੀ ਹੋਇਆ 7-8 ਵਜੇ ਇੰਸੀਡੈਂਟ ਅਤੇ ਮੁੰਡਾ ਦਾਖਲ ਹੋਇਆ ਸੀ ਉਦਈ, ਉਹਦੇ ਬਿਆਨ ਦੇ ਉੱਪਰ ਜਿਹੜਾ ਮੁਕੱਦਮਾ 109 ਜਿਹੜਾ ਕਿ ਪਹਿਲਾਂ ਜਿਹਨੂੰ 307 ਕਹਿੰਦੇ ਸੀ, ਇਹ 118 ਜਿਹੜਾ ਪਹਿਲਾਂ 324 IPC 115-2-323 ਇਸ ਇਹਨਾਂ ਸੈਕਸ਼ਨਾਂ ਦੇ ਵਿੱਚ ਪਰਚਾ ਦਰਜ ਕੀਤਾ। ਇਹ ਪਰਚਾ ਜਿਹੜੇ ਗੱਡੀ ਚਲਾ ਕੇ ਮਾਰ ਕੇ ਮੁੰਡਾ ਜਿਹਨਾਂ ਨੇ ਸਿੱਟਿਆ ਉਸ ਗਰੁੱਪ ਦੇ ਉੱਪਰ, ਉਹਦੇ ਵਿੱਚੋਂ ਦੋ ਹੀ ਮੇਨ ਬੰਦੇ ਆ, ਦੋਵਾਂ ਦੇ ਉੱਪਰ ਹੀ ਮੁਕੱਦਮਾ ਦਰਜ ਕੀਤਾ, ਜਿਹਦੇ ਵਿੱਚੋਂ ਜਿਹੜਾ ਇੱਕ ਸੁਖਬੀਰ ਸਿੰਘ ਰੈਜ਼ੀਡੈਂਟ ਆਫ ਗੁਣਾ ਚੌਰ ਉਹ ਫੜ ਲਿਆ, ਦੂਸਰੇ ਵਾਸਤੇ ਰੇਡ ਕਰ ਰਹੇ ਹਾਂ ਔਰ ਗੱਡੀ ਵੀ ਉਹ ਫੜ ਲਈ ਹੈ, ਜਿਹੜਾ ਬੇਸਬਾਲ ਉਹ ਵੀ ਫੜ ਲਿਆ ਗੱਡੀ 'ਚੋਂ, ਜਿਹੜਾ ਖੰਡਾ ਸੀ ਉਹਦੇ ਫੜਿਆ ਉਹ ਖੰਡਾ ਵਰਗਾ ਨਿਸ਼ਾਨ ਵਾਲਾ ਉਹ ਵੀ ਆਪਣੇ ਕੋਲ ਆ ਗਿਆ ਅਤੇ ਅਸੀਂ ਬਾਕੀ ਵੀ ਜਿਹੜੇ ਇਹਦੇ ਬੰਦਾ ਰਹਿੰਦਾ ਉਹ ਵੀ ਤੁਰੰਤ ਗ੍ਰਿਫਤਾਰ ਕਰ ਲਵਾਂਗੇ। ਥੈਂਕ ਯੂ।